ਅਕਬਾਨੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਵੱਡੇ ਕਿਸਾਨਾਂ ਨੂੰ ਕੇਰਨ ਦੀ ਤਿਆਰੀ ਆ ਦਰਸਲ ਸੂਬੇ ਦੇ ਵਿੱਚ 9000 ਅਜਿਹੇ ਰਸੂਖਵਾਰ ਕਿਸਾਨ ਨੇ ਜਿਨ੍ਹਾਂ ਦੀਆਂ ਮੋਟਰਾਂ 24-24 ਘੰਟੇ ਨੇ ਤਾਂ 24 ਘੰਟੇ ਫੀਡਰ ਦੇ ਵਿੱਚ ਇਹਨਾਂ ਨੇ ਮੋਟਰਾਂ ਆਪਣੀਆਂ ਐਡਜਸਟ ਕਰਵਾਈਆਂ ਹੋਣਗੀਆਂ ਤੇ ਜਿਸ ਦੇ ਚੱਲਦੇ ਇਹਨਾਂ ਤੇ ਹੁਣ ਕਾਰਵਾਈ ਵਿਢਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਤਾਂ ਬਕਾਇਦਾ ਵਿਭਾਗ ਨੂੰ ਜਿਹੜੇ ਇਸ ਬਾਰੇ आदेश ਵੀ جاری ਹੋ ਗਏ ਨੇ ਕਿ ਇਹਨਾਂ ਕਿਸਾਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਵਢੀ ਜਾਵੇ ਕਿਉਂਕਿ ਸੂਬੇ ਦੇ ਵਿੱਚ ਜਿੱਥੇ ਫ੍ਰੀ ਬਿਜਲੀ ਹੈਗੀ ਹੈ ਗੌਰਤਾਲ ਬਾਕੀ ਸੂਬੇ ਦੇ ਵਿੱਚ 8 ਘੰਟੇ ਫ੍ਰੀ ਬਿਜਲੀ ਮਿਲਦੀ ਆ ਪਰ ਇਹ ਕਿਸਾਨ ਨੇ ਜਿਹੜੇ 9000 ਇਹਨਾਂ ਕਿਸਾਨਾਂ ਦੀ ਪਛਾਣ ਹੋਈ ਆ ਵੱਖ-ਵੱਖ ਏਰੀਆ ਦੇ ਵਿੱਚ ਪਾਵੇਂ ਅਸੀਂ ਬਠਿੰਡਾ ਦੀ ਗੱਲ ਕਰ ਲਈ ਜਾਵੇ ਭਾਵੇਂ ਰਾਮਪੁਰਾ ਫੂਲ ਭਾਵੇਂ ਪੱਟੀ ਏਰੀਆ ਜਿੱਥੇ ਸਭ ਤੋਂ ਜ਼ਿਆਦਾ ਇਹਨਾਂ ਕਿਸਾਨਾਂ ਦੀ ਗਿਣਤੀ ਦੱਸੀ ਜਾ ਰਹੀ ਆ ਜਿੱਥੇ ਇਹ ਕਿਸਾਨ 24-24 ਘੰਟੇ ਆਪਣੀ ਮੋਟਰ ਚਲਾਉਂਦੇ ਨੇ ਇਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਅੱਗੇ ਆਪਣਾ ਪਾਣੀ ਵੇਚਿਆ ਜਾਂਦਾ ਤਾਂ ਇਸ ਕਰਕੇ ਜਿੱਥੇ ਇਹ ਪਾਣੀ ਅੱਗੇ ਵੇਚਦੇ ਨੇ ਪਰ ਬਿਜਲੀ ਇਹਨਾਂ ਨੂੰ ਫ੍ਰੀ ਦੇ ਵਿੱਚ ਮਿਲਦੀ ਆ ਤੇ ਬਾਕੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਿਜਲੀ 8 ਘੰਟੇ ਮਿਲਦੀ ਹੈ ਇਸ ਕਰਕੇ ਇੱਕ ਵਿਤਕਰਾ ਜਿਹੜਾ ਉਹ ਖਤਮ ਕਰਨ ਦੇ ਲਈ ਦੂਸਰੇ ਪਾਸੇ ਜੋ ਧਰਤੀ ਦਾ ਪਾਣੀ ਲਗਾਤਾਰ ਨਿਮਾਨਾ ਵੱਲੋਂ ਜਾ ਰਿਹਾ ਤੇ ਉਸ ਥੀ ਤੇ ਅਸਰ ਪਾਉਣ ਦੇ ਲਈ ਕਿ ਉਹ ਪਾਣੀ ਜਿਹੜਾ ਲਗਾਤਾਰ ਵੇਸਟ ਕੀਤਾ ਜਾਂਦਾ ਜਾਂ ਬਾਕੀ ਅੱਗੇ ਮੁਫਤ ਦੇ ਵਿੱਚ ਜੋ ਬਿਜਲੀ ਲਾ ਕੇ ਅੱਗੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਇਹ ਪਾਣੀ ਮੁੱਲ ਦੇ ਵਿੱਚ ਵੇਚਿਆ ਜਾਂਦਾ ਤਾਂ ਅਜਿਹੇ ਦੇ ਵਿੱਚ ਇਹਨਾਂ ਕਿਸਾਨਾਂ ਤੇ ਹੁਣ ਕਾਰਵਾਈ ਵਿੱਟ ਦਿੱਤੀ ਗਈ ਆ ਤਾਂ ਦੱਸ ਦਈਏ ਕਿ ਰਸੂਕਵਾਨ ਕਿਸਾਨਾਂ ਨੂੰ ਹੱਥ ਪਾਉਣ ਦੀ ਤਿਆਰੀ ਦੇ ਵਿੱਚ ਆ ਕਿਸਾਨ ਖੇਤੀ ਮੋਟਰਾਂ ਦੇ ਲਈ 24 ਘੰਟੇ ਬਿਜਲੀ ਦੀ ਸਪਲਾਈ ਲੈਂਦੇ ਨੇ 9000 ਰਸੂਕਵਾਨ ਕਿਸਾਨ ਤਾਂ ਪਾਵਰ ਕਾਮ ਜਿਹੜਾ ਹੁਣ ਜਲਦ ਕਾਰਵਾਈ ਵਿਡੇਗਾ ਤਾਂ ਦੱਸਦੀ ਹੈ ਕਿ ਇੱਕ ਪਾਸੇ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨਾਂ ਦੇ ਲਈ ਫ੍ਰੀ ਬਿਜਲੀ ਹੈਗੀ ਆ ਉਹਨਾਂ ਨੂੰ ਝੋਨੇ ਦੇ ਸੀਜ਼ਨ ਦੇ ਵਿੱਚ ਖਾਸ ਤੌਰ ਤੇ 8 ਘੰਟੇ ਜਿਹੜੀ ਬਿਜਲੀ ਮਿਲਦੀ ਹੈਗੀ ਆ ਪਰ ਜਿਹੜੇ 9000 ਕਿਸਾਨ ਨੇ ਪਾਵਰ ਕਾਮ ਨੇ ਇਹਨਾਂ ਦੀ ਪਛਾਣ ਕੀਤੀ ਆ ਕਿ ਸੂਬੇ ਦੇ ਵਿੱਚ 9000 ਅਜਿਹੇ ਕਿਸਾਨ ਨੇ ਰਸੂਕਵਾਨ ਕਿਸਾਨ ਨੇ ਉਹਨਾਂ ਦੇ ਵੱਲੋਂ 24 24 ਘੰਟੇ ਜਿਹੜੇ ਆਪਣੀਆਂ ਮੋਟਰਾਂ ਚਲਾਈਆਂ ਜਾਂਦੀਆਂ ਨੇ ਧਰਤੀ ਦਾ ਪਾਣੀ ਜਿਹੜਾ ਲਗਾਤਾਰ ਹੀਠਾ ਜਾ ਰਿਹਾ ਉਸ ਦਾ ਕੋਈ ਫਿਕਰ ਨਹੀਂ ਕੀਤਾ ਜਾ ਰਿਹਾ ਇੱਕ ਪਾਸੇ 8 ਘੰਟੇ ਬਿਜਲੀ ਲੈਣ ਵਾਲਾ ਕਿਸਾਨ ਇੱਕ ਪਾਸੇ 24 ਵਾਲਾ ਕਿਉਂਕਿ ਇਹਨਾਂ ਨੇ ਜਿਹੜੇ ਆਪਣੀਆਂ ਮੋਟਰਾਂ ਨੇ ਉਹ 24 ਘੰਟੇ ਫੀਡਰ ਆਮ ਤੌਰ ਤੇ ਜਿਵੇਂ ਆਪਾਂ ਪਿੰਡਾਂ ਦੀ ਗੱਲ ਕਰ ਲਈ ਜਾਵੇ ਤਾਂ ਪਿੰਡਾਂ ਦੇ ਵਿੱਚ ਵੀ 24 ਘੰਟੇ ਫੀਡਰ ਵਾਲੀਆਂ ਮੋਟਰਾਂ ਨੇ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਘਰਾਂ ਨੂੰ ਜਿਹੜੀ ਲਾਈਟ ਜਾਂਦੀ ਆ ਉਹ ਵੀ 24 ਘੰਟੇ ਫੀਡਰ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਆ ਇੰਨਾ ਕਿਸਾਨਾਂ ਨੇ ਜਿਹੜੀ ਇਹ ਸਕੀਮ ਲਗਾਈ ਹੋਈ ਸੀ ਕਿ ਜੋ ਮੋਟਰਾਂ ਦੀ ਬਿਜਲੀ ਹੈਗੀ ਆ ਜੋ ਮੋਟਰਾਂ ਦੀ ਸਪਲਾਈ ਹੈਗੀ ਆ ਤਾਂ ਉਹ ਵੀ ਸ਼ਹਿਰਾਂ ਦੇ ਨਾਲ ਜਾਂ ਪਿੰਡਾਂ ਵਾਲੀ 24 ਘੰਟੇ ਵਾਲਾ ਫੀਡਰਾ ਉੱਥੇ ਐਡਜਸਟ ਕਰਵਾਈ ਹੋਈ ਸੀ ਪਰ ਹੁਣ ਇਹ ਕਿਸਾਨ ਜਿਹੜੇ ਰਡਾਰਤੇ ਨੇ ਜਲਦੀ ਇਹਨਾਂ ਦੀ ਪਛਾਣ ਕੀਤੀ ਜਾਵੇਗੀ ਤੇ ਕਾਰਵਾਈ ਵਡੀ ਜਾਵੇਗੀ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ ਜਾਂ ਤਾਂ ਫਿਰ ਉਹਨਾਂ ਤੋਂ ਬਣਦਾ ਪੈਸੇ ਜਿਹੜੇ ਉਹ ਵਸੂਲੇ ਜਾ ਸਕਦੇ ਆ ਜਾਂ ਫਿਰ ਇਹਨਾਂ ਨੂੰ ਵੀ 8 ਘੰਟੇ ਜਿਹੜੀ ਬਿਜਲੀ ਦਿੱਤੀ ਜਾਵੇਗੀ ਤਾਂ 9000 ਕਿਸਾਨ ਨੇ ਖਾਸ ਤੌਰ ਤੇ ਮੁਕਸ਼ਰ ਏਰੀਏ ਦੀ ਗੱਲ ਕਰ ਲਈ ਜਾਵੇ ਬਠਿੰਡਾ ਇਸ ਤੋਂ ਇਲਾਵਾ ਤਰਨਤਾਰਨ ਰਾਪੂਰਾ ਫੂਲ ਤਾਂ ਇੱਥੇ ਜਿਹੜੇ ਕਿਸਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਪੱਟੀ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਕਿਸਾਨ ਨੇ ਜਿਹੜੇ 24-24 ਘੰਟੇ ਬਿਜਲੀ ਦਾ ਲਾਹਾ ਲੈ ਰਹੇ ਨੇ ਮੋਟਰਾਂ ਉਹਨਾਂ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਅੱਗੇ ਪਾਣੀ ਉਹ ਵੇਚਿਆ ਜਾਂਦਾ ਤਾਂ ਇਸ ਕਰਕੇ ਹੁਣ ਇਨ੍ਹਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਵਿੱਢੀ ਜਾਵੇਗੀ ਕਮਿਊਨਿਟੀ ਵੀ ਇਸ ਵੇਲੇ ਦੀ ਵੱਡੀ